यस डी स्टूडेंट वेलकम है जानकारी हिथ माई सेल्फ विद अभिलाषी शर्मा एक बार फिर रहना स्वागत करते हैं इकनॉमिक्स का बड़ा इंपॉर्टेंट इशू थोड़े तो मैं शेयर करने वाल इकनोमिक वीडियो टॉपिक है चेंज इन डिमांड मंग विच परिवर्तन ये बारे आप बड़ा डिटेल बहुत महत्वपूर्ण टॉपिक है लैट्स मूव हैड विद मी विथ टू कॉन्टेंट the topic we are going to discuss is the change in demand in to this video mang vich parivartan ki hai mang vich parivartan di jadon gall hundi hai ta angle tonu saranu spasht honi jaindi hai ki kise vi economy de vich jadon asi mang vich parivartan di gall karde ha kise vi vastu di demand de vich parivartan di gall karde ha ta do pehlu ne jehde mang vich parivartan da karan bande ne वन इज द प्राइस प्राइस ਦੇ ਕਾਰਨ ਮੰਗ ਵਿੱਚ ਪਰਿਵਰਤਨ ਹੁੰਦਾ ਜਿਵੇਂ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਵੀਡੀਓਜ਼ ਇਕਨੋਮਿਕਸ ਤੇ ਬਾਈਆਂ ਨੇ ਜਿਦੇ ਵਿੱਚ ਇੱਕ ਵੀਡੀਓ ਹੈ ਲਾਅ ਆਫ ਡਿਮਾਂਡ ਲਾਅ ਆਫ ਡਿਮਾਂਡ ਚ ਅਸੀਂ ਕਲੀਅਰਲੀ ਗੱਲ ਕਰਦੇ ਹਾਂ ਕਿ ਪ੍ਰਾਈਸ ਦੇ ਵਿੱਚ ਚੇਂਜ ਦੇ ਨਾਲ ਡਿਮਾਂਡ ਦੇ ਵਿੱਚ ਚੇਂਜ ਹੁੰਦਾ ਤੇ 네ਗੇਟਿਵ ਚੇਂਜ ਹੁੰਦਾ ਦੂਸਰਾ ਜਿਹੜੇ ਪ੍ਰਾਈਸ ਤੋਂ ਇਲਾਵਾ ਵੀ ਮੰਗ ਵਿੱਚ ਪਰਿਵਰਤਨ ਕਰਨ ਵਾਲੇ ਅਦਰ ਫੈਕਟਰਸ ਵੀ ਨੇ ਬਹੁਤ ਸਾਰੇ ਕਾਰਨ ਨੇ ਦੂਸਰੇ ਉਹਦੇ ਵਿੱਚ ਫੈਸ਼ਨ ਹੋ ਸਕਦਾ ਹੈ ਸਬਸਟੀਟਿਊਟ ਕਮੋਡਿਟੀ ਰੀਜ਼ਨ ਹੋ ਸਕਦੀ ਹੈ ਇਸ ਤੋਂ ਇਲਾਵਾ ਵੈਲਸ ਦੇ ਵਿੱਚ ਚੇਂਜ ਹੋ ਸਕਦਾ ਹੈ ਮਨੀ ਆਦਰਸ ਜੋ ਕਿ ਅਪਾ ਇੱਕ ਕੰਟੈਂਟ ਡਿਸਕਸ ਕਰਦੇ ਹਾਂ ਫੈਕਟਰਸ ਇਫੈਕਟਿੰਗ ਡਿਮਾਂਡ ਅਦਰ than ਪ੍ਰਾਈਸ ਇਸ ਤੋਂ ਪਹਿਲਾਂ ਵਾਲੀ ਵੀਡੀਓਜ਼ ਨੇ ਉੱਥੇ ਤੁਸੀਂ ਇਹਨੂੰ ਦੇਖ ਸਕਦੇ ਹੋ ਤਾਂ ਇਸ ਚੇਂਜ ਇਨ ਡਿਮਾਂਡ ਨੂੰ ਅਸੀਂ ਦੋਨੋਂ ਪਹਿਲਾਂ ਤੋਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਸਾਨੂੰ ਇੱਕ ਗੱਲ ਚੀਜ਼ ਪਤਾ ਹੋਣੀ ਚਾਹੀਦੀ ਹੈ ਚੇਂਜ ਇਨ ਡਿਮਾਂਡ ਦੇ ਬਾਰੇ ਕਿ ਜਦੋਂ ਮੰਗ ਦੇ ਵਿੱਚ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਮੰਗ ਦਾ ਵਦਨਾ ਅੰਕ ਘਟਣਾ ਇਹੋ ਜੀ ਸਥਿਤੀ ਹੋ ਸਕਦੀ ਹੈ ਇਕਨੋਮਿਕਸ ਦੇ ਵਿੱਚ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਮੇਰਾ ਇੱਕ ਕਨਸੈਪਟ ਹੈ ਫੈਕਟਰਸ ਇਫੈਕਟਿੰਗ ਡਿਮਾਂਡ ਮੰਗ ਕਈ ਕਾਰਨਾ ਕਰਕੇ ਉਹਦੇ ਵਿੱਚ ਪਰਿਵਰਤਨ ਆਉਂਦਾ ਹੈ ਉਹਦੇ ਵਿੱਚੋਂ ਇੱਕ ਵੱਡਾ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਪ੍ਰਾਈਸ ਪ੍ਰਾਈਸ ਕਰਕੇ ਕੀਮਤ ਕਰਕੇ ਪਰਿਵਰਤਨ ਮੰਗ ਦੇ ਵਿੱਚ ਦੂਸਰਾ ਅਦਰ ਫੈਕਟਰਸ ਵੀ ਨੇ ਜਿਹੜੇ ਮੰਗ ਨੂੰ ਪ੍ਰਭਾਵਿਤ ਕਰਦੇ ਨੇ ਕਿਸੇ ਵੀ ਵਸਤੂ ਦੀ ਸੋ ਇਸ ਕਰਕੇ ਇਸ ਗੱਲ ਨੂੰ ਸਮਝੋ ਜਦੋਂ ਅਸੀਂ ਚੇਂਜ ਇਨ ਡਿਮਾਂਡ ਦੀ ਗੱਲ ਕਰਾਂਗੇ ਜਿਵੇਂ ਕਿ ਮੈਂ ਇੱਥੇ ਵੀ ਸ਼ੋ ਕੀਤਾ ਹੈ ਧਿਆਨ ਨਾਲ ਦੇਖੋ ਚੇਂਜ ਇਨ ਡਿਮਾਂਡ ਦੇ ਵਿੱਚ ਫੈਕਟਰਸ ਇਫੈਕਟਿੰਗ ਡਿਮਾਂਡ ਕੈਨ ਬੀ ਕਲਾਸੀਫਾਈਡ ਇਨਟੂ ਟੂ ਪਾਰਟਸ ਦੋ ਹਿੱਸੇ ਹੁੰਦੇ ਨੇ ਉਹਦੇ ਜਿਵੇਂ ਮੈਂ ਹੁਣੇ ਗੱਲ ਕਰ ਰਿਹਾ ਸੀ ਸਭ ਤੋਂ ਪਹਿਲਾਂ ਹੈ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਪ੍ਰਾਈਸ ਜੇਕਰ ਵਸਤੂ ਦੀ ਮੰਗ ਦੇ ਵਿੱਚ ਪਰਿਵਰਤਨ ਪ੍ਰਾਈਸ ਦੇ ਕਰਕੇ ਹੋਵੇ ਕੀਮਤ ਦੇ ਕਰਕੇ ਹੋਵੇ ਉਸ ਹਾਲਤ 'ਚ ਇੱਕ ਗੱਲ ਧਿਆਨ ਨਾਲ ਸਮਝੋ ਜਦੋਂ ਵੀ ਅਸੀਂ ਲਾਫ ਡਿਮਾਂਡ ਦੀ ਗੱਲ ਕਰਦੇ ਆਂ ਤਾਂ ਚੇਂਜ ਇਨ ਪ੍ਰਾਈਸ ਨੂੰ ਹੀ ਸ਼ੋਅ ਕਰ ਰਿਹਾ ਹੁੰਦਾ ਹੈ ਪ੍ਰਾਈਸ ਤੇ ਡਿਮਾਂਡ ਦਾ ਰਿਲੇਸ਼ਨ ਸ਼ੋਅ ਕਰਦਾ ਹੈ ਉਸ ਹਾਲਤ 'ਚ ਜਦੋਂ ਅਸੀਂ ਉਹਨੂੰ ਗ੍ਰਾਫੀਕਲ ਰੂਪ ਬਣਾਉਂਦੇ ਆਂ ਤਾਂ ਗ੍ਰਾਫੀਕਲ ਰੂਪ ਦੇ ਵਿੱਚ ਕਰਵ ਸੇਮ ਰਹਿੰਦੀ ਹੈ ਜੋ ਵੀ ਚੇਂਜ ਸ਼ੋਅ ਹੁੰਦਾ ਹੈ ਉਹ ਡਿਮਾਂਡ ਕਰਵ ਦੇ ਨਾਲ ਨਾਲ ਹੁੰਦਾ ਸੋ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਪ੍ਰਾਈਸ ਇਸ ਕੇਸ ਦੇ ਵਿੱਚ ਡਿਮਾਂਡ ਕਰਵ ਦੀ ਜੋ ਪੋਜੀਸ਼ਨ ਹੁੰਦੀ ਹੈ ਉਹ ਇਹ ਵਾਲੀ ਹੁੰਦੀ ਹੈ ਮੂਵਮੈਂਟਸ ਅਲੋਂਗ ਡਿਮਾਂਡ ਕਰਵ ਜੋ ਵੀ ਸਥਿਤੀ ਚੇਂਜ ਹੋਏਗੀ ਉਹ ਡਿਮਾਂਡ ਕਰਵ ਦੇ ਉੱਪਰ ਹੀ ਪਰਿਵਰਤਨ ਹੋਣ ਵਾਲਾ ਹੈ ਕਲੀਅਰ ਇਹਨੂੰ ਮੈਂ ਅੱਗੇ ਹੋਰ ਸਮਝਾਉਣਾ ਕਿਸ ਤਰ੍ਹਾਂ ਡਿਮਾਂਡ ਕਰਵ ਦੇ ਉੱਪਰ ਪਰਿਵਰਤਨ ਹੋਣ ਵਾਲਾ ਦੂਸਰਾ ਕੇਸ ਕਿਉਂਕਿ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਫੈਕਟਰਸ ਅਦਰ ਦੈਨ ਪ੍ਰਾਈਸ ਕਿਉਂਕਿ ਮੰਗ ਨੂੰ ਪ੍ਰਾਈਸ ਤੋਂ ਇਲਾਵਾ ਦੂਸਰੇ ਫੈਕਟਰ ਵੀ ਪ੍ਰਭਾਵਿਤ ਕਰਦੇ ਨੇ ਜਿਸ ਕਰਕੇ ਮੰਗ ਘਟਦੀ ਜਾਂ ਵਧਦੀ ਹੈ ਉਸ ਹਾਲਤ ਦੇ ਵਿੱਚ ਡਿਮਾਂਡ ਕਰਵ ਦੇ ਵਿੱਚ ਅਸੀਂ ਦੇਖਾਂਗੇ ਸ਼ਿਫਟ ਇਨ ਡਿਮਾਂਡ ਕਰਵ ਡਿਮਾਂਡ ਕਰਵ ਆਪਣੀ ਜਗ੍ਹਾ ਹੀ ਛੱਡ ਜਾਂਦੀ ਹੈ ਨਵੀਂ ਕਰਵ ਬਣਾ ਲੈਂਦੀ ਹੈ ਅਸ ਇਸ ਟਾਪਿਕ ਦੇ ਡਿਟੇਲ 'ਚ ਅਸੀਂ ਗੱਲ ਕਰਾਂਗੇ ਇੱਕ ਸੀਕੁਐਂਸ ਦੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਪ੍ਰਾਈਸ ਯੈਸ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਪ੍ਰਾਈਸ ਇਸ ਸਥਿਤੀ ਨੂੰ ਅਸੀਂ ਡਿਮਾਂਡ ਕਰਵ ਦੀ ਪੋਜੀਸ਼ਨ ਚ ਜੇਕਰ ਦੇਖਿਆ ਜਾਵੇ ਤਾਂ ਉਹਨੂੰ ਮੂਵਮੈਂਟ ਅਲੋਂਗ ਡਿਮਾਂਡ ਕਰਵ ਕਹਿੰਦੇ ਨੇ ਮੰਗ ਵਕਰ ਦੇ ਉੱਪਰ ਹੋਣ ਵਾਲਾ ਪਰਿਵਰਤਨ ਇਹਨੂੰ ਇਹ ਕਹਿੰਦੇ ਨੇ ਧਿਆਨ ਰੱਖਿਓ ਮੰਗ ਵਕਰ ਦੇ ਉੱਪਰ ਉਸ ਜੋ ਵਕਰ ਬਣੀ ਹੋਈ ਹੁੰਦੀ ਹੈ ਜਿਵੇਂ ਅਸੀਂ ਇਹ ਡਿਮਾਂਡ ਕਰਵ ਦੀ ਗੱਲ ਕਰਦੇ ਹਾਂ ਉਹਦੇ ਉੱਪਰ ਹੀ ਚੇਂਜ ਹੁੰਦਾ ਹੈ ਪ੍ਰਾਈਸ ਦੇ ਕਾਰਨ when other factors remain same the change in demand due to change in price can be expressed on same demand curve with different points on same demand curve ਉਹੀ ਗੱਲ ਮੈਂ ਦੁਬਾਰਾ ਦੱਸ ਰਿਹਾ ਜਦੋਂ ਦੂਸਰੇ ਸਾਰੇ ਫੈਕਟਰ ਸੇਮ ਨੇ ਉਹਨਾਂ 'ਚ ਕੋਈ ਪਰਿਵਰਤਨ ਨਹੀਂ ਪਰ ਮੰਗ ਦੇ ਵਿੱਚ ਪਰਿਵਰਤਨ ਹੁੰਦਾ ਹੈ ਪ੍ਰਾਈਸ ਦੇ ਕਾਰਨ ਤੇ ਪ੍ਰਾਈਸ ਚੇਂਜ ਹੋਣ ਕਰਕੇ ਡਿਮਾਂਡ ਕਰਵ ਦੇ ਉੱਤੇ ਜਿਹੜੇ ਅਲੱਗ-ਅਲੱਗ ਪੁਆਇੰਟ ਆਉਂਦੇ ਨੇ ਉਹ ਸੇਮ ਡਿਮਾਂਡ ਕਰਵ ਦੇ ਉੱਤੇ ਕਹਿੰਦੇ ਨੇ ਤਾਂ ਹੀ ਇਸ ਸਥਿਤੀ ਨੂੰ ਮੂਵਮੈਂਟਸ ਅਲੋਂਗ ਡਿਮਾਂਡ ਕਰਵ ਮੰਨਿਆ ਜਾਂਦਾ ਹੈ ਮੰਗ ਵਕਰ ਦੇ ਉੱਪਰ ਵਾਲਾ ਪਰਿਵਰਤਨ ਕਲੀਅਰ ਤੇ ਇਸ ਸਥਿਤੀ ਨੂੰ ਦੋ ਟੰਗ ਨਾਲ ਦੇਖਿਆ ਜਾਂਦਾ ਇਕਨੋਮਿਕਸ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਡਿਮਾਂਡ ਦੇ ਵਿੱਚ ਚੇਂਜ ਡਿਊ ਟੂ ਪ੍ਰਾਈਸ ਇੱਕ ਤਾਂ ਹੁੰਦਾ ਐਕਸਟੈਂਸ਼ਨ ਇਨ ਡਿਮਾਂਡ ਦੂਸਰਾ ਹੈ ਕੰਟ੍ਰੈਕਸ਼ਨ ਇਨ ਡਿਮਾਂਡ ਐਕਸਟੈਂਸ਼ਨ ਦਾ ਮਤਲਬ ਮੰਗ ਵਿੱਚ ਵਾਧਾ ਕੰਟ੍ਰੈਕਸ਼ਨ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਮੰਗ ਵਿੱਚ ਸੰਕੁਚਨ ਸੰਕੁਚਨ ਮਤਲਬ ਛੋਟਾ ਹੋ ਜਾਣਾ ਹੁੰਦਾ ਸੰਕੁਚਿਤ ਹੋ ਜਾਣਾ ਕਲੀਅਰ ਕਮੀ ਵੀ ਕਹਿ ਸਕਦੇ ਆਪਾਂ ਆਓ ਈ ਕਿਕ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਪ੍ਰਾਈਸ ਦੇ ਕਰਕੇ ਦੋ ਸਥਿਤੀਆਂ ਨੇ ਜਿਹਦੇ ਵਿੱਚ ਪਹਿਲੀ ਸਥਿਤੀ ਕੀ ਐ ਐਕਸਟੈਂਸ਼ਨ ਇਨ ਡਿਮਾਂਡ ਮੰਗ ਵਿੱਚ ਵਾਧਾ other things remain same when demand for any commodity rises with fall in price is known as extension of demand ਜਦੋਂ ਵੀ ਪ੍ਰਾਈਸ ਕਮੀ ਆਵੇ ਤੇ ਡਿਮਾਂਡ ਵਧ ਜੇ ਉਹਨੂੰ ਅਸੀਂ ਐਕਸਟੈਂਸ਼ਨ ਇਨ ਦੀ ਡਿਮਾਂਡ ਭਾਅ ਮੰਗ ਦਾ ਵਿਸਥਾਰ ਜਾਂ ਵਾਧਾ ਕਹਿੰਦੇ ਇਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸ਼ੋਅ ਕਰਦੇ ਹਾਂ ਪਹਿਲਾਂ ਧਿਆਨ ਨਾਲ ਦੇਖੋ ਇੱਥੇ ਲਿਖ ਰਿਹਾ ਕਿ ਧਿਆਨ ਨਾਲ ਇੱਥੇ ਮੈਂ ਇੱਕ ਸ਼ੈਡਿਊਲ ਬਣਾਇਆ ਹੋਇਆ ਹੈ ਪੀ ਐਕਸ ਐਂਡ ਡੀ ਐਕਸ ਪੀ ਐਕਸ ਕੀ ਚੀਜ਼ ਹੈ ਤੁਸੀਂ ਸਭ ਜਾਣਦੇ ਹੋ ਪ੍ਰਾਈਸ ਆਫ ਐਕਸ ਐਕਸ ਕੋਈ ਵਸਤੂ ਹੈ ਉਹਦੀ ਕੀਮਤ ਡੀ ਐਕਸ ਕੀ ਚੀਜ਼ ਹੈ ਡਿਮਾਂਡ ਆਫ ਐਕਸ ਉਸੇ ਵਸਤੂ ਦੀ ਡਿਮਾਂਡ ਕਿੰਨੀ ਹੈ ਕਿਉਂਕਿ ਅਸੀਂ ਐਕਸਟੈਂਸ਼ਨ ਦਿਖਾਣਾ ਹੈ ਮੰਨ ਲਓ ਵਸਤੂ ਦਾ ਪ੍ਰਾਈਸ 5 ਸੀ ਡਿਮਾਂਡ 1 ਯੂਨਿਟ ਕੀਤੀ ਜਾਂਦੀ ਸੀ ਕਿ ਵਸਤੂ ਦਾ ਪ੍ਰਾਈਸ ਘਟ ਕੇ ਕਮੀ ਆ ਗਈ ਪ੍ਰਾਈਸ ਦੇ ਵਿੱਚ ਤਾਂ ਉਹਦੇ ਨਾਲ ਡਿਮਾਂਡ ਹੈ ਜਿਹੜੀ ਉਹ 1 ਤੋਂ ਵੱਧ ਕੇ ਕਿੰਨੀ ਹੋਗੀ 5 ਪ੍ਰਾਈਸ ਘਟਿਆ ਡਿਮਾਂਡ ਵਧ ਗਈ ਐਸੇ ਨੂੰ ਤਾਂ ਡਿਮਾਂਡ ਦਾ ਵਾਧਾ ਕਹਿੰਦੇ ਨੇ ਐਕਸਟੈਂਸ਼ਨ ਇਨ ਡਿਮਾਂਡ ਕਲੀਅਰ ਇਹਨੂੰ ਅਸੀਂ ਡਾਇਗਰਾਮ ਚ ਵੀ ਦੇਖ ਸਕਦੇ ਹਾਂ ਧਿਆਨ ਨਾਲ ਦੇਖੋ o y ਐਕਸਿਸ ਤੇ ਅਸੀਂ p x ਪ੍ਰਾਈਸ ਆਫ x ਦਿਖਾਇਆ ਤੇ o x ਐਕਸਿਸ ਦੇ ਉੱਤੇ ਅਸੀਂ ਡਿਮਾਂਡ ਆਫ x ਉਸ ਵਸਤੂ ਦੀ ਡਿਮਾਂਡ ਦਿਖਾਈ ਹੈ ਪਹਿਲਾ ਕੇਸ ਜਿਵੇਂ ਇਸ ਸ਼ੈਡਿਊਲ ਦੇ ਵਿੱਚ ਦੇਖੋ ਅਸੀਂ ਦਿਖਾਇਆ ਸੀ ਮੰਨ ਲਓ ਪ੍ਰਾਈਸ 5 ਹੈ ਡਿਮਾਂਡ 1 ਯੂਨਿਟ ਪ੍ਰਾਈਸ 5 ਹੈ ਇਹ ਦੇਖੋ ਪ੍ਰਾਈਸ 5 ਮੈਂ ਇੱਥੇ ਸ਼ੋਅ ਕਰ ਰਹੇ ਹਾਂ 5 ਤੇ ਇਸ ਸਾਈਡ ਤੇ ਡਿਮਾਂਡ 1 ਯੂਨਿਟ ਹੈ o x ਦੇ ਉੱਤੇ ਤਾਂ ਦੋਨਾਂ ਦਾ ਜਿਹੜਾ ਕਾਮਨ ਪੁਆਇੰਟ ਹੈ ਉਹ A ਬਨ ਗਿਆ ਤੇ this one is a demand curve ਦਾ ਪੁਆਇੰਟ A ਹੋ ਗਿਆ ਪ੍ਰਾਈਸ ਕੀ ਹੋ ਗਿਆ ਹੁਣ ਕੱਟ ਕੇ 1 ਹੋਇਆ ਪ੍ਰਾਈਸ ਦੇ ਵਿੱਚ ਕਮੀ ਆਈ 500 ਤੋਂ ਕੱਟ ਕੇ ਕਿੰਨੀ ਹੋ ਗਈ 1 ਤਾਂ ਡਿਮਾਂਡ ਵਧ ਗਈ 1 ਤੋਂ ਵੱਧ ਕੇ ਕਿੰਨੀ ਹੋ ਗਈ 5 ਤਾਂ ਕਾਮਨ ਪੁਆਇੰਟ ਜਿਹੜਾ ਇੰਟਰਸੈਕਟ ਇੰਟਰਸੈਕਸ਼ਨ ਪੁਆਇੰਟ ਹੁੰਦਾ ਗ੍ਰਾਫ ਦੇ ਵਿੱਚ ਜਿਹੜਾ ਬਣਾਉਂਦੇ ਆ ਉਹ B ਆ ਗਿਆ ਜਿਹੜੀ ਡਿਮਾਂਡ ਕਰਵ ਹੈ ਉਹਦੀ ਮੂਵਮੈਂਟ ਹੋ ਰਹੀ ਹੈ ਫਰੋਮ A ਟੂ b ਪੁਆਇੰਟ ਦੇ ਬਲਵਟ ਕਵਰੀਮੈਂਸ ਸੇਮ ਸੇਮ ਕਰਵ ਦੇ ਉੱਤੇ a ਤੋਂ b ਦੇ ਵੱਲ ਮੂਵਮੈਂਟ ਹੋ ਰਹੀ ਹੈ ਤੇ ਇਸ ਪੋਜੀਸ਼ਨ 'ਚ ਧਿਆਨ ਨਾਲ ਸਮਝੋ ਡਿਮਾਂਡ ਐਕਸਪੈਂਡ ਹੋ ਰਹੀ ਹੈ ਵਧ ਰਹੀ ਹੈ ਇਸ ਨੂੰ ਹੀ ਅਸੀਂ ਐਕਸਟੈਂਸ਼ਨ ਇਨ ਡਿਮਾਂਡ ਕਹਿੰਦੇ ਹਾਂ ਕਲੀਅਰ ਯੈਸ ਹੁਣ ਦੂਸਰਾ ਕਨਸੈਪਟ ਕਰਦੇ ਆਪਾਂ ਉਹ ਹੈ ਕੰਟ੍ਰੈਕਸ਼ਨ ਇਨ ਡਿਮਾਂਡ other things remain same when demand for any commodity falls with rise in price is known as contraction in demand ਮੰਗ ਦਾ ਸੰਕੂਚਨ ਮੰਗ ਦਾ ਸੀਮਿਤ ਹੋ ਜਾਣਾ ਘਟ ਜਾਣਾ ਜਦੋਂ ਬਾਕੀ ਸਾਰੀਆਂ ਗੱਲਾਂ ਸਮਾਨ ਰਹਿਣ ਮਤਲਬ ਅਦਰ ਫੈਕਟਰ ਚੇਂਜ ਨਾ ਹੋਣ ਕਿਸੇ ਵੀ ਵਸਤੂ ਦੀ ਡਿਮਾਂਡ ਘਟ ਜਾਂਦੀ ਹੈ ਜੇਕਰ ਪ੍ਰਾਈਸ ਵੱਧਦਾ ਹੈ ਉਸੇ ਤਰ੍ਹਾਂ ਬਿਲਕੁਲ ਸੇਮ ਸ਼ੈਡਿਊਲ ਆਪਾਂ ਲੈਂਦੇ ਆ ਐਗਜ਼ਾਮਪਲ ਵੀ ਸੇਮ ਹੀ ਲੈ ਲੈਂਦੇ ਤਾਂ ਕਿ ਸਮਝਣ ਜਾਂ ਆਸਾਨੀ ਹੋਵੇ px price of hai, of hai, प्राइस ऑफ x है dx डिमांड ऑफ x है मान लो वस्तु का प्राइस 1 सी डिमांड 5 यूनिट सी प्राइस बढ़ के 5 हो जाए डिमांड कट के 1 होगी 1 रहेगी डिमांड तेनु डायग्राम ਦੇ ਵਿੱਚ px प्राइस ऑफ x ox ਐਕਸ ਦੇ ਉੱਤੇ ਅਸੀਂ dx ਦੇ ਰੂਪ ਦੇ ਵਿੱਚ ਡਿਮਾਂਡ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਸ਼ੈਡਿਊਲ ਦੇ ਵਿੱਚ ਦੇਖੋ ਜੇ प्राइस 1 सी डिमांड 5 प्राइस 1 ਹੈ ਦਿਸ ਵਨ ਤੇ ਡਿਮਾਂਡ ਕਿੰਨੀ ਹੈ 5 ਕਾਮਨ ਪੁਆਇੰਟ a 1 ਗਿਆ ਪਹਿਲਾ ਇਨੀਸ਼ੀਅਲ ਪੁਆਇੰਟ ਹੁਣ A ਹੈ ਧਿਆਨ ਰੱਖਿਓ ਇਹ ਤੇ ਉਸ ਤੋਂ ਬਾਅਦ ਵਸਤੂ ਦਾ ਪ੍ਰਾਈਸ ਵਧ ਕੇ 5 ਹੋਇਆ ਜਦੋਂ ਪ੍ਰਾਈਸ ਵਧਿਆ ਤਾਂ ਡਿਮਾਂਡ ਘਟ ਗਈ ਡਿਮਾਂਡ ਘਟ ਕੇ 1 ਰਹਿ ਗਈ ਤੇ ਕਾਮਨ ਪੁਆਇੰਟ ਕਿਹੜਾ ਆ ਰਿਹਾ ਧਿਆਨ ਨਾਲ ਦੇਖੋ B ਜਦੋਂ ਸੀ ਇਹਨਾਂ ਨੂੰ ਮਿਲਾਇਆ A ਟੂ B ਇਹ ਮੂਵਮੈਂਟ ਹੈ ਦੇਖੋ ਮੂਵਮੈਂਟ ਕਿੱਥੇ ਹੋ ਗਈ ਡਿਮਾਂਡ ਕਰਵ ਦੀ A ਟੂ B ਦੈਟ ਇਜ਼ ਵਾਈ ਆਈ ਹੈਵ ਕਾਲਡ ਇਟ ਅ ਮੂਵਮੈਂਟ ਅਲੋਂਗ ਡਿਮਾਂਡ ਕਰਵ ਡਿਮਾਂਡ ਕਰਵ ਦੇ ਉੱਪਰ ਹੀ ਮੂਵਮੈਂਟ ਹੋਈ ਹੈ ਬਟ ਇਸ ਵਰ ਘਟ ਗਈ ਡਿਮਾਂਡ that is the case of contraction in demand ਮੰਗ ਦਾ ਸੰਕੂਚਨ but demand curve ਦੇ ਉੱਪਰ ਹੀ ਚੇਂਜ ਹੋ ਰਿਹਾ ਮੈਂ बार-बार ਉੱਪਰ ਕਿਉਂ ਕਹਿ ਰਿਹਾ ਕਿਉਂਕਿ ਕੀਸ ਹੋ ਰਿਹਾ ਆਪਾਂ ਉਹਨੂੰ ਅੱਗੇ ਸਟੱਡੀ ਕਰਦੇ ਹਾਂ ਇਹ ਗੱਲ ਕਲੀਅਰ ਹੋ ਇਹਨੂੰ ਅਸੀਂ ਕੰਬਾਈਨਡ ਰੂਪ ਦੇ ਵਿੱਚ ਸਾਫ਼ ਦਿਖ ਰਿਹਾ ਐ ਐਕਸਟੈਂਸ਼ਨ ਇਨ ਆਫ ਡਿਮਾਂਡ ਦੇ ਵਿੱਚ ਦੋਨੋਂ ਡਾਇਗਰਾਮ ਐ ਕੰਬਾਈਨ ਸ਼ੋ ਕੀਤੀਆਂ ਨੇ ਜਿਹੜੀ ਮੂਵਮੈਂਟ ਸੀ ਡਿਮਾਂਡ ਕਰਵ ਦੇ ਉੱਤੇ ਉਹ A ਤੋਂ B ਹੋ ਰਹੀ ਸੀ ਡਿਮਾਂਡ ਵਧ ਰਹੀ ਸੀ ਤੇ ਇੱਥੇ ਦੇਖੋ A ਤੋਂ B ਬੈਕਵਰਡ ਜਾ ਰਹੀ ਹੈ ਪਿੱਛੇ ਨੂੰ ਡਿਮਾਂਡ ਕਰਵ ਦੇ ਤੇ ਮੂਵਮੈਂਟ ਹੋ ਰਹੀ ਹੈ ਇੱਕ ਕੰਟ੍ਰੈਕਸ਼ਨ ਆਫ ਡਿਮਾਂਡ ਹੈ ਬਟ ਬੋਥ ਕੇਸਿਸ ਦੇ ਧਿਆਨ ਰੱਖੋ ਜਿਹੜੀ ਮੈਂ ਗੱਲ ਕੀਤੀ ਬਹੁਤ ਕੇਸਿਸ ਵਟ ਏਵਰ ਮੂਵਮੈਂਟ ਇਜ਼ देयर ਇਟ ਇਜ਼ ਅਲੋਂਗ ਡਿਮਾਂਡ ਕਰਵ ਦੋਨੋ ਕੇਸਿਸ ਦੇ ਵਿੱਚ ਜਿੰਨੀ ਵੀ ਮੂਵਮੈਂਟ ਹੋ ਰਹੀ ਹੈ ਪਰਿਵਰਤਨ ਹੋ ਰਿਹਾ ਓਕੇ ਥਿਉਰੀਆ ਡਿਮਾਂਡ ਕਰਵ ਦੇ ਉੱਪਰ ਹੀ ਅਗੇ ਚੇਂਜ ਇਨ ਡਿਮਾਂਡ ਡਿਊ ਟੂ ਅਦਰ ਫੈਕਟਰਸ ਦਾ ਅਦਰ ਦੈਨ ਪ੍ਰਾਈਸ ਪ੍ਰਾਈਸ ਤੋਂ ਇਲਾਵਾ ਵੀ ਬਹੁਤ ਸਾਰੇ ਫੈਕਟਰ ਨੇ ਜਿਹੜੇ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਨੇ ਉਸ ਹਾਲਤ ਚ ਡਿਮਾਂਡ ਕਰਵ ਦੇ ਉੱਪਰ ਚੇਂਜ ਨਹੀਂ ਹੁੰਦਾ ਡਿਮਾਂਡ ਕਰਵ ਆਪਣੀ ਜਗ੍ਹਾ ਹੀ ਛੱਡ ਜਾਂਦੀ ਹੈ ਨਵੀਂ ਕਰਵ ਬਣ ਜਾਂਦੀ ਹੈ ਜਿਹਨੂੰ ਅਸੀਂ ਸ਼ਿਫਟ ਇਨ ਡਿਮਾਂਡ ਕਰਵ ਕਹਿੰਦੇ ਆ ਇਹ ਧਿਆਨ ਰੱਖਿਓ ਸ਼ਿਫਟ ਇਨ ਡਿਮਾਂਡ ਕਰਵ ਦਾ ਮਤਲਬ ਕੀ ਹੁੰਦਾ ਮੰਗ ਵਕਰ ਵਿੱਚ ਤਬਦੀਲੀ ਉਹਦੇ ਉੱਪਰ ਪਰਿਵਰਤਨ ਨਹੀਂ ਉਹਦੇ ਵਿੱਚ ਪਰਿਵਰਤਨ ਕਿਸ ਤਰ੍ਹਾਂ ਹੋ ਰਿਹਾ ਮੰਗ ਵਕਰ ਦੇ ਵਿੱਚ ਤਬਦੀਲੀ ਜਿਹੜੀ ਡਿਮਾਂਡ ਕਰਵ ਹੈ ਉਹ ਸ਼ਿਫਟ ਹੋ ਜਾਂਦੀ ਆਪਣੀ ਜਗ੍ਹਾ ਛੱਡ ਕੇ when price of any commodity remain constant hun prices the any change in demand takes place due to other factor demand de vich jo bhi parivartan huga dusre factors karke huga ehho ji situations de vich in such situation always depicts a new demand curve navi demand curve bandi hai dhyan rakhiyo purani demand curve apni jagah chhad ke ek navi demand curve bandi hai nu apan aage show karange there can be two change type of changes is case with do type de changes ne sab to pehla eh ho sakda इन बोथ चेंजेस शिफ्ट इन डिमांड कर्व टेक्स प्लेस फ्रॉम इट्स ओरिजिनल पोजीशन ओ मैं ਤੁਹਾਨੂੰ ਦੱਸ ਚੁੱਕੇ ਹਾਂ ਕਿ ਦੋਨੋਂ ਕੇਸਿਸ ਦੇ ਵਿੱਚ ਜਿਹੜੇ ਅਸੀਂ ਗੱਲ ਕਰਾਂਗੇ ਦੋਨੋਂ ਕੇਸਿਸ ਦੇ ਵਿੱਚ ਡਿਮਾਂਡ ਕਰਵ ਸ਼ਿਫਟ ਕਰਕੇ ਨਵੀਂ ਡਿਮਾਂਡ ਕਰਵ ਬਣਦੀ ਹੈ ਸਭ ਤੋਂ ਪਹਿਲਾਂ ਹੈ ਇਨਕਰੀਜ਼ ਇਨ ਡਿਮਾਂਡ ਇਨਕਰੀਜ਼ ਇਨ ਡਿਮਾਂਡ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਮੰਗ ਵਿੱਚ ਵਾਧਾ ਡਿਕਰੀਜ਼ ਇਨ ਡਿਮਾਂਡ ਨਾਮ ਹੀ ਦੱਸ ਰਹੇ ਮੰਗ ਵਿੱਚ ਕਮੀ ਦੋਨੋਂ ਅਲੱਗ-ਅਲੱਗ ਕੇਸ ਨੇ ਆਓ ਇਹਨੂੰ ਸਮਝੀਏ ਪਰ ਇੱਕ ਗੱਲ ਤੇ ਹੰਨ ਸਮਝੋ ਮੈਂ ਕਹਾਂ ਕਿ ਇਸ ਵਾਰ ਜਿਹੜਾ ਚੇਂਜ ਹੋਣਾ ਮੰਗਦੇ ਵਿੱਚ ਵਾਧਾ ਹੋਣੀ ਹੈ ਜਾਂ ਕਮੀ ਹੋਣੀ ਹੈ ਅਦਰ ਫੈਕਟਰਜ਼ ਦੇ ਕਾਰਨ ਹੋਣੀ ਹੈ ਅਦਰ ਫੈਕਟਰ ਨਾਲ ਸੰਬੰਧਿਤ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕੇ ਹਾਂ ਜਿਹੜੇ ਡਿਮਾਂਡ ਨੂੰ ਇਫੈਕਟ ਕਰਦੇ ਨੇ ਫਿਰ ਵੀ ਇੱਕ ਵਾਰੀ ਰਿਵਾਈਜ਼ ਕਰਵਾ ਰਹੇ ਹਾਂ ਪੁਆਇੰਟਸ ਨੂੰ ਇਨਕਮ ਆਫ ਦਾ ਕੰਜ਼ਿਊਮਰ ਪ੍ਰਾਈਸ ਆਫ ਸਬਸਟੀਟਿਊਟ ਗੁੱਡਸ ਜਿਹੜੀਆਂ ਪ੍ਰਤੀਸਥਾਪਿਤ ਵਸਤੂਆਂ ਨੇ ਉਹ ਨਹੀਂ ਦੀ ਕੀਮਤ ਦੇ ਵਿੱਚ ਜੇਕਰ ਪਰਿਵਰਤਨ ਹੁੰਦਾ ਹੈ ਉਹ ਵੀ ਡਿਮਾਂਡ ਨੂੰ ਇਫੈਕਟ ਕਰਦਾ ਹੈ ਚੇਂਜ ਇਨ ਸਾਈਜ਼ ਆਫ ਕੰਜ਼ਿਊਮਰ ਗਰੁੱਪ ਕੰਜ਼ਿਊਮਰਜ਼ ਦਾ ਗਰੁੱਪ ਘਟਦਾ ਜਾਂ ਵੱਧਦਾ ਵੱਡਾ ਜਾਂ ਛੋਟਾ ਹੁੰਦਾ ਤਾਂ ਵੀ ਡਿਮਾਂਡ ਚੇਂਜ ਆਂਦਾ ਹੈ ਟੈਕਸ ਪਾਲਿਸੀ ਆਫ ਦਾ ਗਵਰਨਮੈਂਟ ਗਵਰਨਮੈਂਟ ਕਿਸੇ ਵਸਤੂ ਦੇ ਟੈਕਸ ਵਧਾਉਂਦੀ ਹੈ ਜਾਂ ਘਟਾਉਂਦੀ ਹੈ ਦੈਨ देयर इज आल्सो ਚੇਂਜ ਇਨ ਡਿਮਾਂਡ ਡਿਸਟ੍ਰਿਬਿਊਸ਼ਨ ਆਫ ਇਨਕਮ ਜੇਕਰ ਸੋਸਾਇਟੀ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀ ਆਮਦਨ ਦੀ ਵਨਡ ਹੈ ਉਹ ਸਮਾਨ ਜਾਂ ਅਸਮਾਨ ਹੈ ਉਹ ਵੀ ਡਿਮਾਂਡ ਨੂੰ ਇਫੈਕਟ ਕਰਦੀ ਹੈ ਪ੍ਰਾਈਸ ਆਫ ਕੰਪਲੀਮੈਂਟਰੀ ਗੁੱਡਸ ਪੂਰਕ ਵਸਤੂਆਂ ਦਾ ਕੀਮਤ ਹੈ ਜਿਹੜੀ ਪ੍ਰਾਈਸ ਹੈ ਉਹ ਵੀ ਡਿਮਾਂਡ ਨੂੰ ਇਫੈਕਟ ਕਰਦਾ ਹੈ ਐਬਨਾਰਮਲ ਸਰਕਮਸਟੈਂਸੀਜ਼ ਜੇਕਰ ਹਾਲਾਤ ਐਬਨਾਰਮਲ ਨੇ ਅਸਾਧਾਰਨ ਨੇ ਤਾਂ ਵੀ ਡਿਮਾਂਡ ਪ੍ਰਭਾਵਿਤ ਹੁੰਦੀ ਹੈ ਤੇ ਕੰਜ਼ਿਊਮਰ ਦੇ ਪ੍ਰੀਫਰੈਂਸ ਟੇਸਟ ਹੈਬਿਟ ਵਗੈਰਾ ਵੀ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਨੇ ਇਹ ਅਦਰ ਫੈਕਟਰ ਨੇ ਪ੍ਰਾਈਸ ਤੋਂ ਇਲਾਵਾ ਜਿਹੜੇ ਕਿਸੇ ਵਸਤੂ ਦੀ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਆਉ ਗੱਲ ਕਰੀਏ ਹੁਣ ਇਨ੍ਹਾਂ ਫੈਕਟਰਸ ਦੇ ਕਰਕੇ ਪਹਿਲਾ ਕੇਸ ਹੈ ਇਨਕਰੀਜ਼ਿੰਗ ਮੰਗ ਵਿੱਚ ਵਾਧਾ ਇਨਕਰੀਜ਼ ਇਨ ਡਿਮਾਂਡ ਇਕਨੋਮਿਕਸ ਦੇ ਵਿੱਚ ਦੋ ਕੇਸਿਸ ਸਟੱਡੀ ਹੁੰਦੇ ਨੇ ਜਿਹਨੂੰ ਅਸੀਂ ਇਨਕਰੀਜ਼ ਇਨ ਡਿਮਾਂਡ ਦੀ ਸਿਚੁਏਸ਼ਨ ਕਹਿੰਦੇ ਆ। ਪਹਿਲੀ ਸਿਚੁਏਸ਼ਨ ਹੈ ਸੇਮ ਪ੍ਰਾਈਸ ਮੋਰ ਡਿਮਾਂਡ। ਆਪਣੇ ਆਪ ਸੋਚੋ ਜਦੋਂ ਵਸਤੂ ਦਾ ਪ੍ਰਾਈਸ ਤਾਂ ਸੇਮ ਰਿਹਾ ਪਰ ਡਿਮਾਂਡ ਵਧ ਜੇ, ਦੈਟ ਇਜ਼ ਦਾ ਕੇਸ ਆਫ ਇਨਕਰੀਜ਼ ਇਨ ਡਿਮਾਂਡ। ਇਹਨੂੰ ਅਸੀਂ ਮੰਗ ਦਾ ਵਾਧਾ ਕਹਿੰਦੇ ਆ। ਜੇਕਰ ਕਿਸੇ ਵਸਤੂ ਦਾ ਪ੍ਰਾਈਸ ਸੇਮ ਰਹੇ ਬਟ ਡਿਮਾਂਡ ਹੋਰ ਹੋ ਜੇ, ਫੋਰ ਐਗਜ਼ਾਮਪਲ ਇਹਨੂੰ ਸ਼ੈਡਿਊਲ ਨੂੰ ਦੇਖੋ ਮੰਨ ਲਓ ਵਸਤੂ ਦਾ ਪ੍ਰਾਈਸ 5 ਸੀ ਡਿਮਾਂਡ ਉਹੀ ਐਕਸ ਵਸਤੂ ਦੀ 4 ਸੀ ਪ੍ਰਾਈਸ 5 ਹੀ ਰਿਹਾ ਬਟ ਡਿਊ ਟੂ ਅਦਰ ਫੈਕਟਰਸ ਡਿਮਾਂਡ 8 ਹੋ ਗਈ ਪ੍ਰਾਈਸ ਨੇ ਨਹੀਂ ਇਫੈਕਟ ਪਾਇਆ ਡਿਮਾਂਡ 8 ਹੋ ਗਈ ਥਿਸ ਮੀਨਸ ਥੈਟ ਇਜ਼ ਦਾ ਕੇਸ ਆਫ ਇਨਕਰੀਸ ਇਨ ਡਿਮਾਂਡ ਇਸ ਹਾਲ ਇਸ ਧਿਆਨ ਨਾਲ ਸਮਝੋ ਹੁਣ ਕਿ ਡਿਮਾਂਡ ਕਰਵ ਦੇ ਵਿੱਚ ਸ਼ਿਫਟ ਕਿਵੇਂ ਹੁੰਦਾ ਹੈ ਉਹ ਇਸ ਕਰਵ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਪਹਿਲੀ ਕਰਵ ਜੇ ਕ ਸਮਝ ਲੱਗੀ ਬਾਕੀ ਸਾਰੀਆਂ ਸਮਝ ਲਗਣੀਆਂ ਹੈ

ਬਟ ਡਿਮਾਂਡ 4 ਤੋਂ ਵੱਧ ਕੇ ਕਿੰਨੀ ਹੋ ਗਈ 8 ਹੋ ਗਈ ਥਿਸ ਮੀਨਸ ਪ੍ਰਾਈਸ ਨੇ ਇਫੈਕਟ ਨਹੀਂ ਪਾਇਆ ਦੂਸਰੇ ਫੈਕਟਰਸ ਦੇ ਕਰਕੇ ਹੋਈ ਹੈ ਇਹ ਤੇ ਹੁਣ ਜਿਹੜਾ ਪੁਆਇੰਟ ਆਫ ਇੰਟਰਸੈਕਸ਼ਨ ਹੈ ਸਾਂਝਾ ਬਿੰਦੂ ਕਿਹੜਾ ਆ ਗਿਆ B B ਦੇ ਉੱਪਰ ਡਿਮਾਂਡ ਕਰਵ ਕਿਹੜੀ ਬਣ ਗਈ DD' D' D' ਡਿਮਾਂਡ ਕਰਵ ਸ਼ਿਫਟ ਕਰ ਗਈ ਤੇ ਕਿੱਥੇ ਸ਼ਿਫਟ ਕੀਤੀ ਹੈ ਫਾਰਵਰਡ ਅੱਗੇ ਨੂੰ ਵੱਧ ਗਈ ਵਾਧਾ ਹੋ ਗਿਆ ਡਿਮਾਂਡ ਕਰਵ ਦੇ ਵਿੱਚ ਸ਼ਿਫਟ ਕੀਤੀ ਆਪਣਾ ਸਥਾਨ ਛੱਡ ਕੇ ਫਾਰਵਰਡ ਅੱਗੇ ਚਲੇਗੀ that is the case of increase in demand first case hai when there is same price what more demand second case increase in demand like hor banda oh hai more price same demand law of demand ki kehnde assi padheya ve is cheez de bare jekar price vadji ja demand ghat jandi hai but is case da assi increase in demand hi taahi keh rahe hain kyunki price hor ho gaya par demand bhi same hi rahi this means that is a case of increase in demand also for example tyanal samjho is gal nu ਵਸਤੂ ਦਾ ਪ੍ਰਾਈਸ 5 ਸੀ ਡਿਮਾਂਡ 4 ਸੀ ਵਸਤੂ ਦਾ ਪ੍ਰਾਈਸ 10 ਹੋਇਆ ਘਟਣੀ ਚਾਹੀਦੀ ਸੀ ਡਿਮਾਂਡ ਡਿਮਾਂਡ ਫਿਰ ਵੀ ਚੱਲ ਰਹੀ ਇਹ ਤਾਂ ਮੇਰੇ ਡਿਮਾਂਡ ਇਨਕਰੀਜ਼ ਹੋਈ ਆ ਵੀ ਕਿਉਂਕਿ ਲਾਅ ਆਫ ਡਿਮਾਂਡ ਦੇ ਅਨੁਸਾਰ ਤਾਂ ਘਟਣੀ ਚਾਹੀਦੀ ਸੀ ਬਟ ਚੱਲ ਹੀ ਰਹੀ ਇਹ ਸੈਕਿੰਡ ਕੇਸ ਹੈ ਇਨਕਰੀਜ਼ਿੰਗ ਡਿਮਾਂਡ ਦਾ ਇਹਨੂੰ ਆਪਾਂ ਹੁਣ ਡਾਇਗਰਾਮ ਚ ਦੇਖਦੇ ਹਾਂ ਵਸਤੂ ਦਾ ਪ੍ਰਾਈਸ 5 ਹੈ ਡਿਮਾਂਡ 4 ਕਾਮਨ ਪੁਆਇੰਟ A ਵਾਲਾ ਬਣ ਗਿਆ ਮੰਨ ਲਓ ਅਸੀਂ ਇਹਨੂੰ A ਕਹਿੰਤਾ A ਪੁਆਇੰਟ ਦੇ ਵਿੱਚ ਉਹਦੀ DD ਡਿਮਾਂਡ ਕਰਵ ਇਹ ਬੇਸਿਕ ਡਿਮਾਂਡ ਕਰਵ ਹੈ ਜਿਹੜੀ ਸਟਾਰਟਿੰਗ ਦੇ ਵਿੱਚ ਸੀ ਹੋਇਆ ਕਿ ਵਸ ਪ੍ਰਾਈਸ ਵਧਿਆ ਪਰ ਡਿਮਾਂਡ ਫੇਰ ਵੀ ਸੇਮ ਰਹੀ ਤਾਂ ਇੱਕ ਨਵਾਂ ਪੁਆਇੰਟ ਸਾਡੇ ਕੋਲ ਇੱਥੇ ਕਿਹੜਾ ਆ ਗਿਆ B B ਪੁਆਇੰਟ ਦੇ ਵਿੱਚੋਂ ਡਿਮਾਂਡ ਕਰਵ ਕਿਹੜੀ ਬਣ ਗਈ D1 D1 ਇੱਕ ਨਵੀਂ ਡਿਮਾਂਡ ਕਰਵ ਡਿਮਾਂਡ ਕਰਵ ਫੇਰ ਸ਼ਿਫਟ ਹੋ ਰਹੀ ਹੈ ਤੇ ਇਹ ਫਾਰਵਰਡ ਸ਼ਿਫਟਿੰਗ ਹੋ ਰਹੀ ਹੈ ਇਹ ਧਿਆਨ ਰੱਖੋ ਦੋਨੋਂ ਹੀ ਕੇਸਿਸ ਦੇ ਵਿੱਚ ਇਸ ਗੱਲ ਨੂੰ ਦੇਖੋ ਮੈਂ ਨੀਚੇ ਵੀ ਹਾਈਲਾਈਟ ਕੀਤਾ ਹੈ ਇਨ ਬੋਥ ਕੇਸਿਸ ਡਿਮਾਂਡ ਕਰਵ ਸ਼ਿਫਟ ਫਾਰਵਰਡ ਫਾਰਵਰਡ ਸ਼ਿਫਟਿੰਗ ਹੋ ਰਹੀ ਹੈ ਡਿਮਾਂਡ ਕਰਵ ਆਪਣੀ ਜਗ੍ਹਾ ਛੱਡ ਕੇ ਨਵੀਂ ਕਰਵ ਬਣ ਗਈ ਕਲੀਅਰ ਸੈਕੰਡ ਕੇਸ ਇਜ਼ ਡਿਕਰੀਜ਼ ਇਨ ਡਿਮਾਂਡ ਡਿਕਰੀਜ਼ ਇਨ ਡਿਮਾਂਡ ਦਾ ਮਤਲਬ ਮੰਗ ਵਿੱਚ ਕਮੀ ਮੰਗ ਵਿੱਚ ਕਮੀ ਦੇ ਵੀ ਦੋ ਕੇਸ ਨੇ ਪਹਿਲਾ ਕੀ ਹੈ ਹੁਣ ਜਲਦੀ ਜਲਦੀ ਕਰਦੇ ਆਪਾਂ ਤੁਸੀਂ ਸਮਝ ਚੁੱਕੇ ਹੋ ਇਨਕਰੀਜ਼ ਨੂੰ ਸੇਮ ਪ੍ਰਾਈਸ ਲੈਸ ਡਿਮਾਂਡ ਪ੍ਰਾਈਸ ਸੇਮ ਰਿਹਾ ਫਿਰ ਵੀ ਡਿਮਾਂਡ ਘਟ ਗਈ ਪ੍ਰਾਈਸ ਸੇਮ ਰਿਹਾ ਡਿਮਾਂਡ ਘਟ ਗਈ ਦੈਟ ਇਜ਼ ਦਾ ਕੇਸ ਆਫ ਡਿਕਰੀਜ਼ ਇਨ ਡਿਮਾਂਡ ਇਹਨੂੰ ਮੰਗ ਦੀ ਕਮੀ ਹੀ ਕਹਾਵਾਂਗੇ ਕਿਉਂਕਿ ਜਦੋਂ ਪ੍ਰਾਈਸ ਸੇਮ ਰਹਿਦਾ ਮੰਗ ਘਟਣੀ ਨਹੀਂ ਚਾਹੀਦੀ ਸੀ ਦੈਟ ਇਜ਼ ਡਿਕਰੀਜ਼ ਇਨ ਡਿਮਾਂਡ ਫਾਰ ਐਗਜ਼ਾਮਪਲ ਵਸਤੂ ਦਾ ਪ੍ਰਾਈਸ 5 ਸੀ ਡਿਮਾਂਡ 4 ਸੀ ਉਸ ਦਾ ਪ੍ਰਾਈਸ 5 ਜੀ ਰਿਹਾ ਪਰ 2 ਰਹਿ ਗਈ ਡਿਮਾਂਡ ਕਿਉਂ ਰਹੀ ਡਿਊ ਟੂ ਅਦਰ ਫੈਕਟਰ ਅਦਰ ਫੈਕਟਰ ਤੁਹਾਡੇ ਨਾਲ ਮੈਂ ਗੱਲ ਕਰ ਚੁੱਕੇ ਹਾਂ ਦੂਸਰੇ ਫੈਕਟਰਸ ਕਰਕੇ ਟੇਸਟ ਚੇਂਜ ਹੋ ਗਿਆ ਕੰਜ਼ਿਊਮਰ ਦੀ ਇਨਕਮ ਘਟ ਗਈ ਕੁਝ ਵੀ ਕਾਰਨ ਹੋ ਸਕਦੇ ਨੇ ਓਕੇ ਉਸ ਤੋਂ ਬਾਅਦ ਇਨਵਰਸੀ ਡਾਇਗਰਾਮ ਸ਼ੋ ਕਰੀਏ ਉਸ ਦਾ ਪ੍ਰਾਈਸ 5 ਹੈ ਡਿਮਾਂਡ 4 ਡਿਮਾਂਡ ਕਰਵ A ਪੁਆਇੰਟ ਦੇ ਇੰਟਰਸੈਕਸ਼ਨ ਪੁਆਇੰਟ ਜਿਹੜਾ A ਬਣਿਆ ਕਾਟਵਾ ਬਿੰਦੂ ਉਹਦੇ ਵਿੱਚੋਂ ਦੀ ਡਿਮਾਂਡ ਕਰਵ ਕਿਹੜੀ ਬਣੀ ਪਹਿਲਾਂ DD DD ਡਿਮਾਂਡ ਕਰਵ ਹੋਇਆ ਕਿ ਵਸਤੂ ਦਾ ਪ੍ਰਾਈਸ ਪੰਜ ਹੀ ਰਹਾ ਬਟ ਡਿਊ ਟੂ ਅਦਰ ਰੀਜਨਸ ਅਦਰ ਫੈਕਟਰਸ ਡਿਮਾਂਡ ਘਟ ਕੇ ਦੋ ਰਹੀਗੀ ਪੁਆਇੰਟ ਆਫ ਇੰਟਰਸੈਕਸ਼ਨ ਜਿਹੜਾ ਕਾਟਵਾ ਬਿੰਦੂ ਬੀ ਬਣਿਆ ਤੇ ਨਵੀਂ ਡਿਮਾਂਡ ਕਰਵ ਬਣ ਗਈ ਡੀ1 ਡੀ1 ਨੂੰ ਦੇਖੋ ਡੀ1 ਡੀ1 ਬੀ ਦੇ ਵਿੱਚੋਂ ਜਾ ਰਹੀ ਆ ਹੁਣ ਡਿਮਾਂਡ ਕਰਵ ਸ਼ਿਫਟ ਹੋਈ ਆ ਬਟ ਇਟ ਇਜ਼ ਬੈਕਵਰਡ ਪਿੱਛੇ ਸ਼ਿਫਟ ਹੋ ਗਈ ਤਾਂ ਹੀ ਤਾਂ ਇਹਨੂੰ ਡਿਕਰੀਜ਼ ਇਨ ਡਿਮਾਂਡ ਦਾ ਫਰਸਟ ਕੇਸ ਕਹਿੰਦੇ ਆ ਬੈਕਵਰਡ ਸ਼ਿਫਟਿੰਗ ਹੋਈ ਆ ਡਿਮਾਂਡ ਕਰਵ ਸੈਕੰਡ ਲੈਸ ਪ੍ਰਾਈਸ ਸੇਮ ਡਿਮਾਂਡ So, एवी डिक्रीज इन डिमांड प्राइस ਘਟਿਆ ਲਾਅ ਆਫ ਡਿਮਾਂਡ ਕੀ ਕਹਿੰਦਾ ਹੈ ਡਿਮਾਂਡ ਵਧਣੀ ਚਾਹੀਦੀ ਸੀ ਪਰ ਸੇਮ ਰਹੀ ਇਹਨੂੰ ਵੀ ਤਾਂ ਡਿਕਰੀਜ਼ ਇਨ ਡਿਮਾਂਡ ਹੀ ਕਾਂਗੇ ਡਿਮਾਂਡ ਨਾਲ ਤਾਂ ਬੁਰਾ ਹੀ ਹੋ ਗਿਆ ਨਾ پتہ ਨਹੀਂ ਹੈ ਕਿ ਡਿਮਾਂਡ ਪ੍ਰਾਈਸ ਘਟਣ ਦੇ ਬਾਵਜੂਦ ਕਿਉਂ ਨਹੀਂ ਵਧੀ ਡਿਊ ਟੂ ਅਦਰ ਰੀਜ਼ਨਸ ਹੋਰ ਬਹੁਤ ਸਾਰੇ ਫੈਕਟਰਸ ਸੀ ਹੁਣ ਇਹਨੂੰ ਆਪਾਂ ਡਾਇਗਰਾਮ ਨਾਲ ਦੇਖੀਏ ਵਸਤੂ ਦਾ ਪ੍ਰਾਈਸ 5 ਸੀ ਡਿਮਾਂਡ 4 ਸੀ ਕਾਮਨ ਪੁਆਇੰਟ A ਤੇ ਡਿਮਾਂਡ ਕਰਵ DD ਇਹ ਵਾਲੀ ਇਨੀਸ਼ੀਅਲ ਡਿਮਾਂਡ ਕਰਵ ਆਰੰਭਿਕ ਮੰਗ ਵਕ ਹੋਇਆ ਕਿ ਵਸਤੂ ਦਾ ਪ੍ਰਾਈਸ ਘਟ ਕੇ 2 ਹੋਇਆ ਤੇ ਡਿਮਾਂਡ ਫੇਰ ਵੀ ਚਾਰ ਰਹੀ ਹੁਣ ਕਾਟਵਾ ਬਿੰਦੂ B ਬਣ ਗਿਆ ਨਵੀਂ ਡਿਮਾਂਡ ਕਰਵ D' D' ਸਾਡੇ ਕੋਲ ਆ ਗਈ ਡਿਮਾਂਡ ਕਰਵ ਸ਼ਿਫਟ ਹੋ ਕੇ ਫੇਰ ਬੈਕਵਰਡ ਹੋ ਗਈ ਪਿੱਛੇ ਨੂੰ ਚਲੀ ਗਈ ਸੋ ਇਨ ਕੇਸ ਆਫ ਡਿਕਰੀਸ ਇਨ ਡਿਮਾਂਡ ਇਨ ਬੋਥ ਕੇਸਿਸ ਵੈਦਰ ਇਟ ਇਜ਼ ਸੇਮ ਪ੍ਰਾਈਸ ਲੈਸ ਡਿਮਾਂਡ ਸੇਮ ਕੀਮਤ ਤੇ ਘੱਟ ਮੰਗ ਜਾਂ ਘੱਟ ਕੀਮਤ ਸੇਮ ਡਿਮਾਂਡ ਦੋਨੋਂ ਕੇਸ ਨੇ ਜਿਹੜੇ ਡਿਕਰੀਜ਼ ਇਨ ਡਿਮਾਂਡ ਨੂੰ ਸ਼ੋਅ ਕਰਦੇ ਨੇ ਇਹਨੂੰ ਬਹੁਤ ਕੇਸ ਡਿਮਾਂਡ ਕਰ ਸ਼ਿਫਟ ਜੇ ਕਿਸੇ ਵੀ ਕੰਟੈਂਟ ਨੂੰ ਸਹੀ ਸਮਝਣਾ ਹੈ ਤਾਂ ਵੀਡੀਓ ਦੇ ਨਾ ਤਾਂ ਸਿਰਫ ਪਹਿਲੇ 2 ਮਿੰਟ ਦੇਖ ਕੇ ਆਪਾਂ ਸੋਚੀਏ ਕਿ ਕੰਟੈਂਟ ਸਮਝ ਨਹੀਂ ਲੱਗਿਆ ਜਾਂ ਲਾਸਟ ਦਾ ਦੇਖ ਕੇ ਸੋਚੀਏ ਕਿ ਕੰਟੈਂਟ ਸਮਝ ਨਹੀਂ ਲੱਗ ਰਿਹਾ ਕਿਸੇ ਵੀ ਕੰਟੈਂਟ ਨੂੰ ਜੇ ਡਿਟੇਲ ਸਮਝਣਾ ਹੈ ਸ਼ੁਰੂ ਤੋਂ ਐਂਡ ਤੱਕ ਲਾਸਟ ਸੈਕਿੰਡ ਤੱਕ ਵੀਡੀਓ ਦੇਖੋ ਤਾਂ ਹੀ ਤੁਸੀਂ ਕਿਸੇ ਕੰਟੈਂਟ ਨੂੰ ਪ੍ਰੋਪਰ ਸਮਝ पाओगे यस ਸਟੂਡੈਂਟ ਆਈ ਥਿੰਕ ਦਾ ਹਾਲ ਕਨਸੈਪਟ ਇਜ਼ ਸਿੰਪਲ ਬਟ ਟੈਕਨੀਕਲ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਵੇਗਾ ਕਿ ਮੂਵਮੈਂਟ ਅਲੋਂਗ ਇੱਕ ਰੀਕੈਪਚੂਲੇਸ਼ਨ ਕਰਦੇ ਆਪਾਂ ਕਿ ਮੂਵਮੈਂਟ ਅਲੋਂਗ ਡਿਮਾਂਡ ਕਰਵ ਦੇ ਵਿੱਚ ਦੋ ਸਿਚੁਏਸ਼ਨਸ ਨੇ ਐਕਸਟੈਂਸ਼ਨ ਇਨ ਡਿਮਾਂਡ ਐਂਡ ਕੰਟ੍ਰੈਕਸ਼ਨ ਇਨ ਡਿਮਾਂਡ ਡਿਮਾਂਡ ਦੇ ਵਿੱਚ ਵਿਸਥਾਰ ਹੁੰਦਾ ਹੈ ਜਾਂ ਡਿਮਾਂਡ ਦੇ ਵਿੱਚ ਸੰਕੁਚਨ ਡਿਮਾਂਡ ਘਟ ਜਾਂਦੀ ਹੈ ਡਿਊ ਟੂ ਪ੍ਰਾਈਸ ਤੇ ਉਸ ਹਾਲੇਜ ਕੋਈ ਨਵੀਂ ਕਰਵ ਨਹੀਂ ਬਣਦੀ ਸੇਮ ਕਰਵ ਰਹਿੰਦੀ ਹੈ ਉਸ ਕਰਵ ਦੇ ਨਾਲ ਹੀ ਮੂਵਮੈਂਟ ਹੁੰਦੀ ਹੈ ਪੁਆਇੰਟਸ ਦੀ ਨੀਚੇ ਤੋਂ ਉੱਪਰ ਜਾਂ ਉੱਪਰ ਤੋਂ ਨੀਚੇ ਤੇ ਦੂਸਰਾ ਅਸੀਂ ਕੇਸ ਅਜ ਦਾ ਡਿਸਕਸ ਕੀਤਾ ਸ਼ਿਫਟ ਇਨ ਡਿਮਾਂਡ ਕਰਵ ਜਿੱਥੇ ਨਵੀਂ ਡਿਮਾਂਡ ਕਰਵ ਬਣ ਜਾਂਦੀ ਹੈ ਉੱਥੇ ਸਾਡੇ ਕੋਲ ਦੋ ਸਿਚੁਏਸ਼ਨ ਸੀ ਇਨਕਰੀਜ਼ ਇਨ ਡਿਮਾਂਡ ਐਂਡ ਡਿਕਰੀਜ਼ ਇਨ ਡਿਮਾਂਡ ਇਹਦੇ ਬਾਰੇ ਅਸੀਂ ਪਹਿਨ ਗੱਲ ਕੀਤੀ ਡਿਟੇਲ ਦੇ ਵਿੱਚ ਫਿਰ ਇਨਕਰੀਜ਼ ਇਨ ਡਿਮਾਂਡ ਦੇ ਦੋ ਕੇਸ ਕੀਤੇ ਇਸੇ ਤਰ੍ਹਾਂ ਡਿਕਰੀਜ਼ ਇਨ ਡਿਮਾਂਡ ਦੇ ਦੋ ਕੇਸ ਆਈ ਥਿੰਕ ਦਾ ਹਾਲ ਕਨਸੈਪਟ ਇਜ਼ ਕੁਆਇਟ ਕਲੀਅਰ ਇਸ ਤੋਂ ਬਾਅਦ इस चैनल के उत्ते तो हो बहुत सारिया भीडियोज़ ने इस तो पहला भी पाइया जा चुकिया ने तक दत्सर करो बहुत सारिया भीडियोज़ आन गिया आने वाले समय केमिक्स कॉमर्स के नाल रिलेटेड बहुत सारे कॉन्टेंट्स के ऑलरेडी ने नवी आन थैंक यू वेरी मच